ਬਹੁਤ ਜ਼ਰੂਰੀ ਹੈ ਜਾਣਨਾ ਕਿ ਕਦੋਂ ਐਡੀਸ਼ਨਲ ਪੇਪਰ ਫਾਰਮ ਫਿਲ ਕੀਤੇ ਜਾਂਦੇ ਹਨ। ਮੈਨੂੰ ਸਭ ਤੋਂ ਜ਼ਿਆਦਾ ਫੋਨ ਇਸੇ ਮਾਮਲੇ ਵਿੱਚ ਆਉਂਦੇ ਨੇ, ਤਾਂ ਮੈਂ ਇਹ ਦੱਸ ਦਿਆਂ ਕਿ ਨੋਰਮਲੀ ਅਗਸਤ ਵਿੱਚ ਫਾਰਮ ਫਿਲ ਕੀਤੇ ਜਾਂਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ। ਸਭ ਤੋਂ ਜ਼ਿਆਦਾ ਐਡੀਸ਼ਨਲ ਫਾਰਮ ਜਿਨ੍ਹਾਂ ਨੇ ਪੰਜਾਬ ਤੋਂ ਕੀਤੀ ਹੈ ਗ੍ਰੈਜੂਏਸ਼ਨ, ਹੈ ਨਾ, ਉਹ ਭਰਦੇ ਨੇ। ਹੁਣ ਬਚਣਾ ਕਿਸ ਤੋਂ ਹੈ, ਵੀਡੀਓ ਕਿਉਂ ਇਹ ਬਣਾ ਰਿਹਾ ਹੈ, ਬਾਰ ਬਾਰ ਕਿਉਂ ਬਣਾ ਰਿਹਾ ਹੈ ਕਿ ਕੁਝ ਇੱਕ ਏਜੰਟਸ ਨੇ ਜਾਂ ਬੁੱਕ ਸ਼ਾਪਕੀਪਰ ਨੇ, ਉਹ ਕੀ ਕਰਨਗੇ ਤੁਹਾਨੂੰ 2 ਮਹੀਨੇ ਪਹਿਲਾਂ, ਇਹ ਜੇ ਹਜੇ ਮਈ ਚੱਲ ਰਿਹਾ ਹੈ, ਮਈ ਆ ਗਿਆ, ਜੂਨ ਆ ਗਿਆ, ਜੁਲਾਈ ਆ ਗਿਆ, ਹੈ ਨਾ, ਤੁਹਾਨੂੰ ਇੱਥੇ ਵੀ ਡੇਟ ਦਿੱਤੀ ਜਾਏਗੀ ਕਿ ਲਾਸਟ ਡੇਟ, ਇੱਕ ਮੈਸੇਜ ਮਿਲਦੀ ਹੈ, ਲਾਸਟ ਡੇਟ ਹੈ ਜੀ, ਲਾਸਟ ਡੇਟ ਹੈ ਫੋਰਮ ਫਿਲ ਕਰਨ ਦੀ, ਇਸ ਤੋਂ ਬਾਅਦ ਜੋ ਹੈ ਤੁਹਾਨੂੰ ਫਾਈਨ ਪੈ ਜਾਏਗਾ। ਉਹ ਅਫਵਾਹਾਂ ਹੁੰਦੀਆਂ ਹਨ, ਆਪ ਖੁਦ ਤੁਸੀਂ ਇਨਕੁਆਇਰੀ ਸੈੱਲ 'ਤੇ ਪਤਾ ਕਰੋ, ਜਵਾਬ ਮਿਲਦਾ ਹੈ, ਨਹੀਂ ਤਾਂ ਮੇਰੇ ਤੋਂ ਡੇਟ ਪੁੱਛੋ ਔਰ ਮੈਂ ਤੁਹਾਨੂੰ ਰਿਐਲਿਟੀ ਦੱਸਣ ਲੱਗਾ ਹਾਂ। ਇੱਥੋਂ ਲਾਸਟ ਡੇਟ ਸ਼ੁਰੂ ਹੋ ਜਾਂਦੀ ਹੈ ਔਰ ਉਸ ਦੇ ਬਾਅਦ ਤੁਹਾਨੂੰ ਫਿਰ ਮੈਸੇਜ ਆ ਜਾਂਦਾ ਹੈ ਜੀ 15 ਮਈ ਹੋ ਗਈ ਹੈ ਜੀ, 15 ਮਈ ਤੋਂ ਬਾਅਦ ਫਿਰ ਜੇ ਜੂਨ ਹੋ ਗਈ ਹੈ, 1 ਜੂਨ, ਇਸ ਤਰ੍ਹਾਂ ਕੁਛ ਵੀ, ਫਿਰ 30 ਜੂਨ ਤੱਕ ਚਲੇ ਜਾਣਗੇ, 30 ਜੂਨ ਤੋਂ ਬਾਅਦ 1 ਜੁਲਾਈ ਤੱਕ, 15 ਜੁਲਾਈ ਤੱਕ, ਸੋ ਇਸ ਤਰ੍ਹਾਂ ਇਹ ਡੇਟ ਵੱਧਦੀ ਰਹਿੰਦੀ ਹੈ। ਤੁਸੀਂ ਸਮਝਦੇ ਹੋ ਕਿ ਲਾਸਟ ਡੇਟ ਆ ਗਈ ਹੈ, ਤੁਸੀਂ ਇਨਕੁਆਇਰੀ ਸੈੱਲ ਤੋਂ ਨਹੀਂ ਪਤਾ ਕਰਦੇ। ਮੈਂ ਇਨਕੁਆਇਰੀ ਸੈੱਲ 'ਤੇ ਜਾ ਕੇ ਉਹਨਾਂ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ ਹੈ ਅਤੇ ਉਹ ਇੱਥੋਂ ਤੱਕ ਦੱਸਦੇ ਨੇ ਕਿ ਈਵਨ ਬਾਹਰ ਸ਼ਾਪਕੀਪਰ ਜਿਹੜੇ ਨੇ ਉਹ ਜੋ ਇਨਫੋਰਮੇਸ਼ਨ ਹੈ, ਬੱਚੇ ਉਹਨਾਂ ਤੋਂ ਇਨਫੋਰਮੇਸ਼ਨ ਲੈਂਦੇ, ਸਾਡੇ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ ਔਰ ਰੋਂਗ ਇਨਫੋਰਮੇਸ਼ਨ ਦੇ ਕਾਰਨ ਇਹ ਜਿਹੜੇ ਏਜੰਸੀਜ਼ ਨੇ ਇਸ ਤਰ੍ਹਾਂ ਗਲਤ ਡੇਟ ਦੱਸਦੇ ਨੇ। ਉਹ ਨੋਰਮਲੀ ਤੁਹਾਡੇ ਕੋਲ ਐਕਸਟਰਾ ਚਾਰਜ ਅਮਾਊਂਟ ਕਰਦੇ ਨੇ, ਜੇ 9,060 ਰੁਪਏ ਮੰਨ ਲਓ ਫੀਸ ਲੱਗਦੀ ਹੈ ਅਤੇ ਉਹ ਤੁਹਾਡੇ ਕੋਲ 1, 2, 3, 4, 5,000 ਵਾਧੂ ਚਾਰਜਿਸ ਲੈ ਲੈਣਗੇ। ਸੋ ਅਵੇਅਰ ਰਹੋ। ਇਹ ਅਗਸਤ ਨੂੰ, ਅੱਜ ਹੀ ਮੈਂ ਫੋਨ ਕੀਤਾ ਹੈ, ਪੁੱਛਿਆ ਹੈ ਕਦੋਂ ਡੇਟ ਹੈ ਲਾਸਟ, ਅਗਸਤ ਹੈ। ਮੈਂ ਕਿਹਾ ਡੇਟ ਦੱਸ ਦਿਓ, ਕਹਿੰਦੇ ਉਦੋਂ ਨੋਟੀਫਾਈ ਹੁੰਦਾ ਹੈ, ਨੋਟੀਫਾਈ ਜਦੋਂ ਜਿਹੜੀ ਬ੍ਰਾਂਚ ਹੈ ਜਿਸ ਨੇ ਨੋਟੀਫਾਈ ਕਰਨਾ ਹੈ ਉਦੋਂ ਕਰਦੇ ਆ, ਉਦੋਂ ਡੇਟ ਦਿੰਦੇ ਆ। ਫੋਰ ਐਗਜ਼ਾਮਪਲ, ਪਹਿਲਾਂ ਇਹਨਾਂ ਨੇ 1 ਅਗਸਤ ਮੰਨ ਲਓ ਡੇਟ ਦੇ ਦਿੱਤੀ, ਇਹ ਤਾਂ ਮੀਨਸ ਤੁਸੀਂ ਅਗਸਤ 'ਤੇ ਅਵੇਅਰ ਰਹਿਣਾ ਹੈ, ਪਰ ਫਿਰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਫਿਰ ਇਹ ਡੇਟ 15 ਅਗਸਤ ਨੋਰਮਲੀ ਹੋ ਜਾਂਦੀ ਹੈ, ਫਿਰ 30 ਅਗਸਤ ਹੋ ਜਾਂਦੀ ਹੈ, ਯੂਨੀਵਰਸਿਟੀ ਵੱਲੋਂ ਹੁੰਦੀ ਹੈ। ਅੱਛਾ, ਅਗਸਤ ਤੋਂ ਬਾਅਦ ਫਿਰ ਸਪਤੰਬਰ ਹੋ ਜਾਂਦੀ ਹੈ, 15 ਸਪਤੰਬਰ ਜਾਂ 10 ਸਪਤੰਬਰ ਮੰਨ ਲਓ ਹੋ ਗਈ ਹੈ, ਪਿਛਲੇ ਸਾਲ ਦੀ ਘਟਨਾਵਾਂ ਦੱਸਦਾ, ਫਿਰ ਐਕਸਟੈਂਡ ਕੀਤੀ ਜਾਂਦੀ ਹੈ, 30 ਸਪਤੰਬਰ ਤੱਕ ਫਿਰ ਇਹ ਪਹੁੰਚ ਜਾਂਦੀ ਹੈ। ਸੋ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖਾਸ ਕਰਕੇ ਕਿੰਨੀ ਬੱਚਿਆਂ ਦੇ ਹਿੱਤ ਕਰਕੇ ਉਹਨਾਂ ਦੀ ਡੇਟ ਐਕਸਟੈਂਡ ਕੀਤੀ ਜਾਂਦੀ ਹੈ, ਪਰ ਤੁਸੀਂ ਅਵੇਅਰ ਅਗਸਤ 'ਚ ਰਹਿਣਾ ਹੈ ਜਿਹੜੇ ਐਡੀਸ਼ਨਲ ਪੇਪਰ ਦੇਣਾ ਚਾਹੁੰਦੇ ਹਨ। ਨੋਰਮਲੀ ਹਰ ਯੂਨੀਵਰਸਿਟੀ ਦਾ ਅਗਸਤ ਵਿੱਚ ਫੋਰਮ ਫਿਲ ਕਰਨੇ ਸ਼ੁਰੂ ਹੋ ਜਾਂਦੇ ਨੇ ਬਿਨਾਂ ਕਿਸੇ ਟੈਨਸ਼ਨ ਤੋਂ। ਜਾਣਕਾਰੀ ਸਿੱਧੀ ਲਓ, ਮੇਰੇ 'ਤੇ ਵੀ ਵਿਸ਼ਵਾਸ ਨਾ ਕਰੋ, ਜਿਹੜਾ ਨੰਬਰ ਹੈ ਇਸਦੇ ਨੀਚੇ ਵੀ ਲਿੰਕ ਦੇ ਦਾਂਗਾ, ਨੰਬਰ ਜਿਹੜਾ ਹੈ ਯੂਨੀਵਰਸਿਟੀਆਂ ਦਾ ਉਹ ਦੇ ਦਿਆਂਗਾ, ਮੈਨੂੰ ਯਾਦ ਕਰਾ ਦੇਣਾ ਜੇਕਰ ਨਾ ਦਿੱਤਾ, ਅਤੇ ਜੋ ਅਪਡੇਟ ਹੈ ਉਹ ਤੁਹਾਡੇ ਨਾਲ ਰੈਗੂਲਰ ਮੈਂ ਸਾਂਝਾ ਕਰਦਾ ਰਹਾਂਗਾ। ਠੀਕ, ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਉਹ ਲੈ ਸਕਦੇ ਹੋ। ਫੀਸ ਬਾਰੇ ਕੌਨਸ਼ੀਅਸ ਰਹਿਣਾ ਹੈ, ਪਿਛਲੇ ਵੀਡੀਓ ਕਾਫੀ ਇਹਦੇ ਨਾਲ ਰਿਲੇਟਡ ਪਏ ਨੇ, ਜੇ ਕੋਈ ਚੇਂਜ ਆਉਂਦੀ ਹੈ ਉਸ ਨਾਲ ਸੰਬੰਧਿਤ ਤੁਹਾਡਾ ਕੁਐਸਚਨ ਹੈ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਗੱਲ ਕਰੋ, ਅਤੇ ਮੈਂ ਉਸਦਾ ਇਮੀਡੀਏਟ ਇਨਕੁਆਇਰੀ ਸੈੱਲ 'ਤੇ ਜਾਂ ਯੂਨੀਵਰਸਿਟੀ ਜਾਣਾ ਵੀ ਰਹਿਣਾ ਉੱਥੋਂ ਪਤਾ ਕਰਕੇ ਫਿਰ ਤੁਹਾਨੂੰ ਵੈਲਿਡ ਜਾਣਕਾਰੀ ਦੇਵਾਂਗਾ। ਠੀਕ, ਅਵੇਅਰ ਰਹਿਣਾ ਹੈ। ਥੈਂਕ ਯੂ। ਡਾਕਟਰ ਤੀਰਥ ਸਿੰਘ, ਲਾਰਡ ਡਰਗਜ਼ ਲਾਈਸੈਂਸ।